ਘੋਲੀਆ ਖੁਰਦ ਦੇ ਵਿੱਚ ਵੱਡਾ ਟੂਰਨਾਮੈਂਟ ਆ, ਸਾਰੇ ਸੁਪਰ ਸਟਾਰ ਪਲੇਅਰ ਪਹੁੰਚ ਰਹੇ ਆ। ਤੇ ਸ਼ੀਲੂ ਹੁਣੀ ਜਿੱਦਾਂ ਸਾਰਿਆਂ ਨੂੰ ਪਤਾ ਹੀ, ਆਪਾਂ ਸੁਬਹ ਵੀ ਵੀਡੀਓ ਬਣਾਈ ਸੀ, ਅੱਜ ਪਲੇਅਰਾਂ ਨਾਲ ਸਾਰਿਆਂ ਨਾਲ ਹੀ ਗੱਲਬਾਤ ਕਰਾਂਗੇ। ਤੇ ਬਾਕੀ ਅੱਜ ਬਾਈ ਆਹਾ ਵੀ ਪਹੁੰਚਿਆ ਹੋਇਆ, ਬਾਕੀ ਮੇਲਾ ਬਹੁਤ ਭਾਰਾ ਲੱਗਿਆ ਵਾ, ਸਾਰੇ ਸੁਪਰ ਸਟਾਰ ਪਲੇਅਰ ਆ ਰਹੇ ਆ। ਬਾਕੀ ਚੱਲਦੇ ਆ ਉਧਰਲੇ ਪਾਸੇ, ਪਲੇਅਰ ਖੜੇ ਆ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਤੇ ਅੱਜ ਮੌਸਮ ਵੀ ਠੀਕ ਸੀਗਾ, ਧੁੱਪ ਵੀ ਬਾਬੇ ਦੀ ਮਿਹਰ ਨਾਲ, ਠੰਡ ਵੀ ਘਟ ਗਈ ਆ। ਤੇ ਸਾਰਾ ਹੀ ਤੁਹਾਨੂੰ ਸਾਡੇ ਨਾਲ ਇਹ ਤੱਕ ਜੁੜੇ ਰਹੇ ਹੋ ਵਲੌਗ ਨਾਲ। ਤੇ ਮਿਲਦੇ ਆ ਆਪਾਂ, ਨਵੇਂ ਆਏ ਹੋ ਚੈਨਲ ਤੇ ਸਬਸਕ੍ਰਾਈਬ ਵੀ ਜ਼ਰੂਰ ਕਰਿਓ। ਤੇ ਚੱਲਦੇ ਆ ਹੁਣ ਪਲੇਅਰਾਂ ਨਾਲ ਕਰਦੇ ਆ ਆਪਾਂ ਗੱਲਾਂ ਬਾਤਾਂ। ਬਾਕੀ ਦੋਸਤੋ ਤੁਹਾਨੂੰ ਪਤਾ ਹੀ ਆ ਕਿ ਅੱਜ ਆਪਾਂ ਪਹੁੰਚੇ ਹੋਏ ਆ ਘੋਲੀਆ ਖੁਰਦ ਦੇ ਵਿੱਚ। ਤੇ ਇੱਧਰ ਕਬੱਡੀ ਦਾ ਟੌਪ ਦਾ ਰੇਡਰ ਜੋਤਾ ਮਹਿਮਦਾਲੀਆ ਵੀ ਬਾਈ ਮੌਜੂਦ ਆ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਜੋਤੇ ਬਾਈ ਕੀ ਹਾਲ ਚਾਲ? ਵਧੀਆ ਵਧੀਆ ਬਾਈ, ਸਿਹਤਾਂ ਠੀਕ ਆ ਪੂਰੀਆਂ ਬਾਈ? ਅੱਜ ਫਿਰ ਕਾਫੀ ਦੂਰ ਤੋਂ ਚੱਲ ਕੇ ਆਏ ਹੋ, ਕਿਹੜੀ ਟੀਮ ਚ ਖੇਡ ਰਹੇ ਹੋ ਅੱਜ? ਆਪਣੇ ਪਿੰਡ ਦੀ ਟੀਮ ਹੀ ਆ, ਮਹਿਮਦਵਾਲ ਦੀ ਬਣਾਈ ਹੋਈ ਆ। ਮਹਿਮਦਵਾਲ ਦੀ ਬਣਾਈ ਹੋਈ ਆ, ਵਧੀਆ ਟੀਮ ਹੋਊਗੀ। ਬਾਹਰੋਂ ਕਿਹੜੇ ਸੱਦੇ ਹੋਏ ਆ? ਬਾਹਰੋਂ ਜਾਫੀ ਆ, ਜੋਧਾ ਸੁਰਖਪੁਰੀ ਆਪਣਾ, ਜੋਧਾ ਸੁਰਖਪੁਰੀ ਆ, ਸਨੀ ਆਦਮ ਵਾਲੀ ਆ, ਸਨੀ ਲਵਲੀ ਜਾਫੀ, ਰੇਡਰ ਮੇਸ਼ੀਹਰ ਕੁਵਾਲੀ ਆ, ਤੇ ਅੰਬਾ ਸੋਰ ਸਿੰਘ ਜੀ। ਮਤਲਬ ਵਧੀਆ ਟੀਮ ਬਣਾਈ ਹੋਈ ਆ, ਅੰਬਾ ਸੱਦਿਆ ਹੋਇਆ, ਟੌਪ ਦੀ ਟੀਮ ਆ। ਮਾੜਾ ਮੋਟਾ ਟਾਈਮ ਪਾਸ ਜਿਹਾ ਕਰਦੇ ਆ। ਅੱਛਾ ਅੱਛਾ, ਠੀਕ ਆ ਠੀਕ ਆ, ਧੰਨਵਾਦ ਬਾਈ। ਤੇ ਸ਼੍ਰੀ ਅਕਾਲ ਸਾਰੇ ਵੀਰਾਂ ਭਰਾਵਾਂ ਨੂੰ। ਜਿੱਦਾਂ ਤੁਹਾਨੂੰ ਪਤਾ ਕਿ ਆਪਾਂ ਪਹੁੰਚੇ ਹੋਏ ਆ ਘੋਲੀਆ ਖੁਰਦ ਦੇ ਵਿੱਚ, ਅੱਜ ਵੱਡਾ ਟੂਰਨਾਮੈਂਟ ਆ। ਉੱਥੇ ਟੌਪ ਦੇ ਖਿਡਾਰੀਆਂ ਦੇ ਵਿੱਚੋਂ ਸ਼ਾਜੀ ਸ਼ਕਰਪੁਰੀਆ ਟੌਪ ਦਾ ਰੇਡਰ ਪਹੁੰਚਿਆ ਹੋਇਆ ਮੁੰਡੇ ਨੇ, ਇਸ ਸੀਜ਼ਨ 'ਚ ਵੱਡੇ ਇਨਾਮਾਂ ਦੇ ਨਾਲ ਪੂਰਾ ਤਹਿਲਕਾ ਮਚਾਇਆ ਹੋਇਆ ਕਬੱਡੀ ਦੇ ਵਿੱਚ। ਸ਼ਾਜੀ ਬਾਈ ਕੀ ਹਾਲ ਚਾਲ? ਵਧੀਆ ਬਾਈ, ਤੁਸੀਂ ਦੱਸੋ ਕਿਦਾਂ? ਠੀਕ ਠਾਕ ਹੋ? ਠੀਕ ਆ ਜੀ, ਠੀਕ ਆ, ਵਧੀਆ। ਤੇ ਕਿੱਦਾਂ ਚੱਲ ਰਹੀ ਆ ਗੇਮ ਪੂਰੀ? ਵਧੀਆ ਇਸ ਸੀਜ਼ਨ 'ਚ? ਨਹੀਂ, ਪਰਮਾਤਮਾ ਦੀ ਮਿਹਰ ਆ, ਚਲੋ ਰੱਬ ਦੇ। ਤੁਹਾਨੂੰ ਮੁਬਾਰਕਾਂ ਵੀ ਦਿੰਨੇ ਆ, ਆਉਣ ਵਾਲੇ ਟੂਰਨਾਮੈਂਟ ਤੇ ਤੁਹਾਡਾ ਸਨਮਾਨ ਵੀ ਹੋਣਾ ਮਿਲਦਾ ਇਹਦਾ। ਦਿਲੋਂ ਧੰਨਵਾਦ ਭਾਈ ਯਾਰ। ਤੇ ਅਮਰਗੜ੍ਹ ਕਲੇਰਾਂ ਦੇ ਟੂਰਨਾਮੈਂਟ? ਹਾਂਜੀ ਹਾਂਜੀ, ਆਪਣੇ ਭਰਾਵਾਂ ਨੇ, ਹਾਂ, ਕਲੇਰਾ ਕਬੱਡੀ ਕੱਪ ਆਪਣੇ ਭਰਾਵਾਂ ਨੇ ਸਾਰਿਆਂ ਨੇ ਪਹੁੰਚਣਾ ਉੱਥੇ। ਠੀਕ ਹੈ ਜੀ, ਭਰਾਵਾਂ ਦਾ ਕੱਪ ਆਪਣੇ ਬੱਬੂ ਕਲੇਰ ਵੱਲੋਂ ਭਾਜੀ ਵੱਲੋਂ ਖੁੱਲੇ ਸੱਦੇ ਆ। ਠੀਕ ਹੈ। ਤੇ ਅੱਜ ਕਿਹੜੀ ਟੀਮ 'ਚ ਖੇਡ ਰਹੇ ਹੋ ਫਿਰ? ਆਪਣੀ ਸ਼ਕਰਪੁਰ ਦੀ ਟੀਮ ਆ ਜੀ। ਸ਼ਕਰਪੁਰ ਦੀ ਟੀਮ? ਹਾਂਜੀ ਹਾਂਜੀ ਹਾਂਜੀ। ਤੇ ਨਾਲ ਕਿਹੜੀਆਂ ਪਲੇਅਰ ਕਿਹੜੇ ਆ ਬਾਹਰੋਂ? ਛੋਟਾ ਨਾਥ ਆ, ਛੋਟਾ ਨਾਥ, ਬੂਰੀਆ ਸਿੰਸਰ ਵਾਲਾ। ਠੀਕ ਆ, ਹਰਿਆਣੇ ਤੋਂ ਸੱਦਿਆ ਹੋਇਆ? ਹਾਂਜੀ ਹਾਂਜੀ। ਤੇ ਜਾਫੀ ਆਪਣਾ ਸਨੀ ਕਾਲੇ ਸਿੰਘ ਵਾਲਾ ਤੇ ਗੁਰਵਿੰਦਰ ਘਾਂਗੇ ਵਾਲਾ। ਮਤਲਬ ਵਧੀਆ ਟੀਮ ਬਣਾਈ ਹੋਈ ਆ, ਟੌਪ ਦੀ ਟੀਮ ਬਣੀ ਹੋਈ ਆ। ਬਾਕੀ ਪਰਮਾਤਮਾ ਮਿਹਰ ਕਰੇ ਭਾਈ। ਧੰਨਵਾਦ ਬਾਈ ਥੋੜਾ। ਤੇ ਸ਼੍ਰੀ ਅਕਾਲ ਸਾਰੇ ਵੀਰਾਂ ਭਰਾਵਾਂ ਨੂੰ। ਸਾਡੇ ਨਾਲ ਮੌਜੂਦ ਆ ਕਬੱਡੀ ਦਾ ਟੌਪ ਦਾ ਰੇਡਰ, ਹਰਿਆਣੇ ਦਾ ਸਟਾਰ, ਪੰਜਾਬ ਦਾ ਵੀ ਸਟਾਰ, ਬੁਰੀਆ ਸਿਲਸਰ। ਬੁਰੀਆ ਬਾਈ ਕੀ ਹਾਲ ਚਾਲ? ਵਧੀਆ ਬਾਈ, ਵਧੀਆ। ਹੋਰ ਸਿਹਤ ਠੀਕ ਹੈ? ਹਾਂ ਬਾਈ, ਸਾਰੇ ਭਾਈਆਂ ਨੂੰ ਰਾਮ ਰਾਮ ਬਾਈ ਆਪਣੀ ਔਰਤਾਂ। ਤੇ ਅੱਜ ਕਿਹੜੀ ਟੀਮ 'ਚ ਖੇਡ ਰਹੇ ਹੋ? ਸ਼ਕਰਪੁਰ ਤੇ ਖੇਡ ਰਹੇ ਹਾਂ। ਅੱਛਾ, ਠੀਕ ਆ, ਨਾਲ ਵਧੀਆ ਸ਼ਾਜੀ ਹੋਣੀ ਆ। ਤੇ ਰੇਡਰ ਕਿਹੜਾ? ਇੱਕ ਹੋਰ ਨਾਲ ਨਾਥ? ਹਾਂ ਨਾਥ, ਪਤਾ ਨਹੀਂ ਜੋਤਾ ਛੋਟਾ। ਅੱਛਾ ਅੱਛਾ, ਠੀਕ ਆ ਠੀਕ ਆ। ਤੇ ਮੇਜਰ ਲੀਗ 'ਚ ਇਸ ਵਾਰ ਕਿਹੜੀ ਟੀਮ 'ਚ ਖੇਡਣਾ? ਕੋਈ ਮੇਜਰ ਲੀਗ ਸਾਹਕੋਟ ਲਾਈਨਸ ਉੱਚ ਹੀ ਖੇਡਦੇ ਹੋ? ਹਾਂ ਸਾਹਕੋਟ ਹੀ ਖੇਡਦੇ ਹਾਂ। ਹੋਰ ਸਿਹਤਾਂ ਠੀਕ ਆ? ਹਾਂ ਜੀ, ਵਧੀਆ। ਇਸ ਸੀਜ਼ਨ 'ਚ ਵਧੀਆ ਚੱਲ ਰਹੇ ਆ ਮੈਚ? ਹਾਂ ਸਹੀ ਚੱਲ ਰਿਹਾ ਵੀਰੇ। ਤੇ ਟਰੈਕਟਰ ਵੀ ਤੁਸੀਂ ਜਿੱਤਿਆ? ਹਾਂ ਟਰੈਕਟਰ ਵੀ ਜਿੱਤਿਆ ਸੀਗਾ ਇੱਕ। ਹਾਂ, ਤੇ ਓਪਨ ਦੇ ਵਿੱਚ ਕਿੰਨਾ ਕੁ ਟਾਈਮ ਹੋ ਗਿਆ? ਓਪਨ ਦੇ ਹੋ ਗਿਆ ਬਾਈ 3-4 ਸਾਲ ਹੋ ਗਏ। 3-4 ਸਾਲ ਹੋ ਗਏ ਇਸ ਸੀਜ਼ਨ 'ਚ ਪੂਰੀਆਂ। ਤੇ ਆਉਣ ਵਾਲੇ ਜਦੋਂ ਇਸ ਸੀਜ਼ਨ ਸਮਾਪਤ ਹੋ ਜਾਵੇਗਾ ਤੇ ਬਾਹਰ ਦੀ ਹੈਗੀ ਆ ਰਹਿ? ਹਾਂ ਬਾਹਰ ਦੀ ਗੱਲ। ਅੱਜ ਦੋਸਤੋ ਗਗਨ ਘੋਲੀਏ ਖੁਰਦ ਦੇ ਵਿੱਚ ਜਸ਼ਨ ਬਾਈ ਵੀ ਪਹੁੰਚੇ ਹੋਏ। ਕਿਵੇਂ ਬਾਈ, ਕੀ ਹਾਲ ਚਾਲ? ਸਿਹਤਾਂ ਠੀਕ ਆ ਪੂਰੀਆਂ? ਬਾਕੀ ਇੱਧਰ ਆ ਰਹੇ ਸੀ ਇੱਧਰ ਰਾਮ ਬਾਈ ਵੀ। ਬਾਈ ਕੀ ਹਾਲ ਚਾਲ? ਵਧੀਆ ਵਧੀਆ ਬਾਈ, ਸਿਹਤਾਂ ਠੀਕ ਆ ਪੂਰੀਆਂ? ਪੂਰੀ ਗੱਲਬਾਤ ਰਾਮ ਬਾਈ ਦੀ ਵੀ ਐਂਡ ਕਰਾਈ ਹੋਈ ਆ ਇਸ ਸੀਜ਼ਨ 'ਚ। ਹੋਰ ਬਾਈ ਕਿੱਦਾਂ ਚੱਲਦੇ ਆ ਮੈਚ? ਅੱਜ ਖੇਡ ਰਹੇ ਹੋ ਕਿ ਵੈਸੇ ਅੱਜ ਨਹੀਂ? ਅੱਜ ਦਰਸ਼ਕ ਬਣ ਕੇ ਆਏ ਆ ਮਤਲਬ। ਕੱਲ ਨੂੰ ਕਿੱਥੇ ਖੇਡਣਾ ਫਿਰ? ਕੱਲ ਨੂੰ ਗੋਲੇ ਵਾਲੇ।
ਗੋਲੇ ਵਾਲੇ ਠੀਕ ਹੈ ਠੀਕ ਹੈ ਬਾਈ ਧੰਨਵਾਦ ਬਾਈ ਅੱਜ ਵੀ ਆਇਆ ਬਾਈ ਕਿਤੇ ਕਿੱਧਰ ਪਹੁੰਚਿਆ ਨੀ ਹਜੇ ਜਨੇਰ ਚ ਹੀ ਖੇਡਣਾ ਉਹਨੇ ਬਾਕੀ ਅੱਜ ਟੌਪ ਦੇ ਖਿਡਾਰੀ ਪਹੁੰਚੇ ਹੋਏ ਆ ਉੱਥੇ ਕਿਵੇਂ ਬਾਈ ਕੀ ਹਾਲ ਚਾਲ ਹੋਰ ਸਿਹਤ ਤਾਂ ਠੀਕ ਆ ਬਾਈ ਅੱਜ ਪਹੁੰਚੇ ਹੋ ਘੋਲੀਆ ਖੁਰਦ ਦੇ ਵਿੱਚ ਪਹਿਲਾਂ ਤਾਂ ਪੂਰਾ ਨਾਂ ਵੀ ਦੱਸ ਦੋ ਤੇ ਕਬੱਡੀ ਦੇ ਵਿੱਚ ਹੀ ਪੂਰਾ ਨਾਂ ਕੀ ਆ ਲਖਵਿੰਦਰ ਸਿੰਘ ਕਬੱਡੀ ਦੇ ਵਿੱਚ ਲੱਖਾ ਮਨਸੂਰਵਾਲ ਟੌਪ ਦੀ ਖੇਡ ਦਿਖਾਉਣੇ ਹੋ ਤੁਸੀਂ ਵੀ ਇਸ ਸੀਜ਼ਨ ਚ ਪੂਰੀ ਚਰਚਾ ਹੋ ਰਹੀ ਆ ਅੱਜ ਕਿਹੜੇ ਟੀਮ ਚੋਂ ਸਮਾਧ ਪਾਈ ਦੀ ਟੀਮ ਚ ਪਲੇਅਰ ਕਿਹੜੇ ਆ ਬਾਈ ਬਾਹਰੋਂ ਅੱਛਾ ਸਿੰਧੂ ਜਲਾਲਾਬਾਦ ਠੀਕ ਆ ਜਸ਼ਨ ਕੱਕੜ ਵਾਲੀ ਆ ਮਤਲਬ ਟੌਪ ਦੀ ਟੀਮ ਵਧੀਆ ਬਣਾਈ ਹੋਈ ਆ ਸਾਰੇ ਸੁਪਰ ਸਟਾਰ ਪਲੇਅਰ ਆ ਤੇ ਬਾਕੀ ਸਾਰੇ ਟੌਪ ਦੇ ਪਲੇਅਰ ਇਸ ਟੀਮ ਦੇ ਵਿੱਚ ਬਾਦਲ ਬਾਈ ਹੁਣੀ ਸਾਰੀ ਇਹ ਟੀਮ ਚ ਖੇਡਣਗੇ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਭਰਾਵਾਂ ਨੂੰ ਜਿੱਦਾਂ ਤੁਹਾਨੂੰ ਪਤਾ ਕਿ ਆਪਾਂ ਪਹੁੰਚੇ ਹੋਏ ਆ ਘੋਲੀਆ ਖੁਰਦ ਦੇ ਵਿੱਚ ਉੱਥੇ ਟੌਪ ਦੇ ਖਿਡਾਰੀਆਂ ਦੇ ਵਿੱਚੋਂ ਟੌਪ ਦੀ ਟੀਮ ਦੋਦੇ ਵਾਲੇ ਵੀ ਅੱਜ ਪਹੁੰਚੇ ਹੋਏ ਆ ਸਾਡੇ ਨਾਲ ਮੌਜੂਦ ਆ ਘੋੜਾ ਦੋਦੇ ਵਾਲਾ ਘੋੜੇ ਬਾਈ ਕੀ ਹਾਲ ਚਾਲ ਵਧੀਆ ਜੀ ਵਧੀਆ ਠੀਕ ਸਿਹਤਾਂ ਠੀਕ ਆ ਵਧੀਆ ਵਧੀਆ ਕਹਿ ਤੇ ਅੱਜ ਦੋਦੇ ਵਾਲੇ ਫਿਰ ਦੋਦੇ ਦੇ ਬਾਹਰੋਂ ਕਿਹੜੇ ਖਿਡਾਰੇ ਆ ਅੱਜ ਆਪਣੇ ਨਾਲ ਵਿੱਕੀ ਖਾਰਾ ਗਗਨ ਸੂਰਿਆਲਾ ਤੇ ਅਰਸ਼ ਬਰਨਾਲਾ ਤੇ ਬਿੱਲਾ ਵਰਮਾ ਠੀਕ ਆ ਠੀਕ ਆ ਤੇ ਦੋਦੇ ਵਾਲੇ ਸੰਦੀਪ ਦੀ ਵੀ ਉਡੀਕ ਹੋ ਰਹੀ ਆ ਕਾਫੀ ਟਾਈਮ ਤੋਂ ਉਹਨੇ ਕਦੋਂ ਕਰਨੀ ਆ ਵਾਪਸੀ ਉਹ ਲੱਗੂ ਫਰਵਰੀ ਚ ਫਰਵਰੀ ਪੰਦਰਾਂ ਤੋਂ ਬਾਅਦ ਫਿਰ ਤੇ ਮੇਜਰ ਲੀਗ ਚ ਕਿਹੜੀ ਟੀਮ ਚ ਖੇਡਣ ਲੱਗ ਸ਼ਾਹਕੋਟ ਸ਼ਾਹਕੋਟ ਚ ਹੁਣ ਤੋਂ ਖੇਡਿਆ ਕਰ ਸੰਦੀਪ ਵੀ ਉਧਰ ਹੀ ਖੇਡੂਗਾ ਠੀਕ ਆ ਧੰਨਵਾਦ ਕੋਈ ਗੱਲ ਅਰਸ਼ ਬਰਨਾਲੇ ਵਾਲਾ ਬਾਈ ਵੀ ਪਹੁੰਚਿਆ ਹੋਇਆ ਅੱਜ ਦੋਦੇ ਵਾਲਿਆਂ ਚ ਕਰਾਊਗਾ ਬੱਲੇ ਬੱਲੇ ਤੇ ਅਰਸ਼ ਬਾਈ ਕੀ ਹਾਲ ਚਾਲ ਸਿਹਤਾਂ ਠੀਕ ਆ ਤੇ ਅੱਜ ਹੁਣ ਤੁਹਾਨੂੰ ਪਤਾ ਸੰਦੀਪ ਬਾਈ ਦੀ ਮੇਜਰ ਲੀਗ ਦੇ ਵੀ ਅਕੈਡਮੀਆਂ ਦੇ ਵੀ ਜਾਣੀ ਕਿ ਮੈਚ ਸ਼ੁਰੂ ਹੋ ਚੁੱਕੇ ਆ ਤੁਸੀਂ ਕਿਹੜੀ ਟੀਮ ਚ ਖੇਡਣਾ ਅੱਛਾ ਨੌਰਥ ਜੀ ਠੀਕ ਹੈ ਠੀਕ ਹੈ ਠੀਕ ਹੈ ਧੰਨਵਾਦ ਬਾਈ ਤੇਰਾ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਭਰਾਵਾਂ ਨੂੰ ਜਿੱਦਾਂ ਤੁਹਾਨੂੰ ਪਤਾ ਆਪਾਂ ਪਹੁੰਚੇ ਹੋਏ ਆ ਘੋਲੀਆ ਖੁਰਦ ਦੇ ਵਿੱਚ ਅੱਜ ਵੱਡੇ ਰਿਕਾਰਡ ਟੁੱਟਣੇ ਆ ਬੈਸਟਾਂ ਨੂੰ ਲੰਡੀਆਂ ਜੀਪਾਂ ਰੱਖੀਆਂ ਗਈਆਂ ਉੱਥੇ ਹੀ ਵੱਡੇ ਵੱਡੇ ਖਿਡਾਰੀਆਂ ਦੇ ਵਿੱਚੋਂ ਬਣੀ ਸਮਾਣਾ ਅੱਜ ਇੱਥੇ ਪਹੁੰਚਿਆ ਹੋਇਆ ਪੁੱਛਦੇ ਆ ਉਹ ਤੋਂ ਕਿਹੜੀ ਟੀਮ ਚ ਬਾਈ ਕੀ ਹਾਲ ਚਾਲ ਪਹਿਲਾਂ ਦਾ ਸਤਿ ਸ੍ਰੀ ਅਕਾਲ ਬਾਈ ਸਿਹਤਾਂ ਠੀਕ ਆ ਪੂਰੀਆਂ ਬਾਈ ਤੇ ਅੱਜ ਕਿਹੜੀ ਟੀਮ ਚ ਖੇਡ ਰਹੇ ਹੋ ਮੈਂ ਦੜਬਾ ਮੰਡੀ ਦੜਬੇ ਵਾਲਿਆਂ ਨਾਲ ਆਏ ਹੋਏ ਹੋ ਦੜਬਾ ਮੰਡੀ ਚ ਬਾਹਰੋਂ ਕਿਹੜੇ ਕਿਹੜੇ ਹੋਰ ਪਲੇਅਰ ਆ ਮੈਂ ਆ ਰੱਜੀ ਬੁੱਲਰ ਰੱਖਾ ਰਣੋਲੀ ਇੱਕ ਆਪਣਾ ਗਿਆਨੀ ਜਲਵੇੜੇ ਵਾਲਾ ਅੱਛਾ ਕੁਲਵਿੰਦਰ ਧਰਮਪੁਰੇ ਵਾਲਾ ਮਤਲਬ ਟੌਪ ਦੀ ਟੀਮ ਵਧੀਆ ਟੀਮ ਬਣਾਈ ਹੋਈ ਆ ਹਾਂ ਠੀਕ ਠੀਕ ਤੇ ਇਸ ਸੀਜ਼ਨ ਚ ਵੀ ਪੂਰੇ ਵਧੀਆ ਚੱਲ ਰਹੇ ਆ ਮੈਚ ਹਾਂ ਵਧੀਆ ਸੀਜ਼ਨ ਚੱਲ ਰਿਹਾ ਠੀਕ ਆ ਓਪਨ ਖੇਡਦੇ ਨੂੰ ਕਿੰਨਾ ਕੁ ਟਾਈਮ ਹੋ ਗਿਆ ਬਾਈ ਮੈਨੂੰ ਹੋ ਗਏ 10-12 ਸਾਲ 2011 ਦਾ ਖੇਡਣ ਲੱਗਾ ਅੱਛਾ 10-12 ਸਾਲ ਹੋ ਗਏ ਮਤਲਬ ਪੁਰਾਣੇ ਖੁੰਡੋ ਪੁਰਾਣੇ ਰੇਡਰ ਹੋ ਤੁਸੀਂ ਬਾਕੀ ਧੰਨਵਾਦ ਬਾਈ ਤੇਰਾ ਥੋੜਾ ਟਾਈਮ ਦੇ ਲਈ ਧੰਨਵਾਦ ਤੇਰਾ ਵੀ ਬਾਕੀ ਸੱਤੀ ਬਾਈ ਵੀ ਕਬੱਡੀ ਦਾ ਟੌਪ ਦਾ ਜਾਫੀ ਦੜਬੇ ਵਾਲਿਆਂ ਨਾਲ ਸਾਰੇ ਬਾਈ ਪਹੁੰਚੇ ਹੋਏ ਆ ਬਣੀ ਬਾਈ ਬਾਈ ਕੀ ਨਾਮ ਆ ਤੁਹਾਡਾ ਰੱਜੀ ਭੁੱਲਣ ਵਾਲਾ ਠੀਕ ਆ ਬਾਈ ਟੌਪ ਦਾ ਜਾਫੀ ਇੱਧਰ ਲੱਖਾ ਢੰਡੋਲੀ ਬਾਈ ਲੱਖੇ ਬਾਈ ਕੀ ਹਾਲ ਚਾਲ ਠੀਕ ਸਿਹਤਾਂ ਠੀਕ ਆ ਪੂਰੀਆਂ ਬਾਈ ਅੱਜ ਕਰਾਉਂਗੇ ਪੂਰੀ ਐਂਡ ਬਾਈ ਲੰਡੀ ਜੀਵ ਤੇ ਹੈਗੀ ਆ ਅੱਖ ਫਿਰ ਠੀਕ ਆ ਠੀਕ ਆ ਧੰਨਵਾਦ ਬਾਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਭਰਾਵਾਂ ਨੂੰ ਜਿੱਦਾਂ ਤੁਹਾਨੂੰ ਪਤਾ ਆਪਾਂ ਪਹੁੰਚੇ ਹੋਏ ਆ ਘੋਲੀਆ ਖੁਰਦ ਦੇ ਵਿੱਚ ਵੱਡੇ ਇਨਾਮਾਂ ਦੇ ਨਾਲ ਨਾਲ ਓਪਨ ਦੀਆਂ ਸਿਰਫ 16 ਟੀਮਾਂ ਹੀ ਇੱਥੇ ਖੇਡਣ ਜਾ ਰਹੀਆਂ ਵੱਡੇ ਸਟਾਰਾਂ ਦੇ ਵਿੱਚੋਂ ਸਾਡੇ ਨਾਲ ਮੌਜੂਦ ਆ ਹੈਰੀ ਦਾਰਾਪੁਰੀਆ ਟੌਪ ਦਾ ਜਾਫੀ ਅੱਜ ਕੱਲ੍ਹ ਹਰ ਥਾਂ ਤੇ ਹੀ ਚਰਚਾ ਹੁੰਦੀ ਆ ਪਹਿਲਾਂ ਮਾਲਵਾ ਲੀਗ ਚ ਵੀ ਪੂਰੀ ਬੱਲੇ ਬੱਲੇ ਕਰਵਾਈ ਆ ਬਾਈ ਨੇ ਹੈਰੀ ਬਾਈ ਕੀ ਹਾਲ ਚਾਲ ਹੋਰ ਸਿਹਤਾਂ ਠੀਕ ਆ ਪੂਰੀਆਂ ਬਾਈ ਅੱਜ ਫਿਰ ਕਿਹੜੀ ਟੀਮ ਚ ਖੇਡ ਰਹੇ ਹੋ ਬੈਰੋ ਕੇ ਚ ਕਾਲੇ ਬੈਰੋ ਕੇ ਨਾਲ ਤੇ ਨਾਲ ਕਿਹੜੇ ਆ ਬਾਹਰੋਂ ਪਲੇਅਰ ਬਾਹਰੋਂ ਸ਼ੀਰਾ ਮੀਰਾ ਕੋਟੀਆ ਅੱਛਾ ਸ਼ੀਰਾ ਅਮਰ ਕਾਸ
ਤੁਹਾਨੂੰ ਪਤਾ ਕਮੇਟੀ ਵਾਲਿਆਂ ਨੇ ਵੀ 3-3 ਲੱਖ ਵਧੀਆ ਪੈਸੇ ਲਾਏ ਆ ਤੇ ਲੱਗਦਾ ਅੱਜ ਫਿਰ ਲਾਉਂਗੇ ਜ਼ੋਰ ਪੂਰਾ। ਠੀਕ ਹੈ ਠੀਕ ਹੈ, ਧੰਨਵਾਦ ਭਾਈ। ਬਾਕੀ ਦੋਸਤੋ ਤੁਹਾਨੂੰ ਪਤਾ ਹੀ ਆ ਘੋਲੀਆ ਖੁਰਦ ਦੇ ਵਿੱਚ ਉੱਥੇ ਹੀ ਟੌਪ ਦੇ ਖਿਡਾਰੀ ਆਪਾਂ ਨੂੰ ਮਿਲ ਰਹੇ ਆ ਤੇ ਉੱਥੇ ਨਿੰਦੀ ਹਮੀਦੀ ਵਾਲਾ ਟੌਪ ਦਾ ਜਾਫੀ ਬਾਈ ਨੇ ਵੱਡੇ ਵੱਡੇ ਰੇਡਰਾਂ ਨੂੰ ਲੈਣ ਤੋਂ ਰੋਕ ਲੈਂਦਾ ਬਾਈ। ਨਾਲ ਹੀ ਨਾਥ ਸੀਆਂ ਦੁੱਧ ਵੀ ਬਾਈ ਬੈਠਾ ਹੋਇਆ। ਨਾਥ ਬਾਈ ਕੀ ਹਾਲ ਚਾਲ? ਠੀਕ ਆ, ਨਾਥ ਦੀ ਮੋਰਨੀ ਬਾਈ ਦੀ ਠੀਕ ਆ ਬਾਈ। ਨਿੰਦੀ ਬਾਈ ਤੁਸੀਂ ਦੱਸੋ ਤੁਹਾਡੀ ਕੀ ਸਿਹਤ ਆ? ਠੀਕ ਆ, ਪੂਰੇ ਚੜ੍ਹਦੀ ਕਲਾ ਚ ਇਸ ਸੀਜ਼ਨ ਚ ਪੂਰੀ ਹੋ ਰਹੀ ਆ ਗੱਲਬਾਤ, ਐਂਡ ਕਰਾ ਰਹੇ ਹੋ ਤੇ ਅੱਜ ਕਿਹੜੀ ਟੀਮ ਚ ਖੇਡ ਰਹੇ ਹੋ? ਅੱਜ ਆਪਾਂ ਯਾਰੀਆਂ ਪਵਾਉਣ ਆਇਆ ਰਮਾਨ ਮੋਕੇ ਦੇ ਨਾਲ। ਠੀਕ ਆ ਠੀਕ ਆ, ਕਰਦਾ ਮੋਕੇ ਵਾਲਾ ਰਮਾਨ। ਠੀਕ ਆ ਠੀਕ ਆ, ਮੈਂ ਖੇਡਣਾ ਕਿ ਵੈਸੇ ਹੀ ਆ? ਨਹੀਂ ਖੇਡਣਾ ਹੈ, ਖੇਡਣਾ ਹੈ। ਮੈਂ ਜਦੋਂ ਪਹਿਲਾਂ ਪਹਿਲਾਂ ਸਟਾਰਟਿੰਗ ਕੀਤੀ ਸੀ ਨਾ, ਹਾਂਜੀ, ਮੈਂ ਨਾ ਮੈਚ ਖੇਡਦਾ ਹੁੰਦਾ ਸੀ। ਠੀਕ ਆ, ਬਹੁਤ ਘੈਂਟ ਯਾਰ ਆਪਣੇ। ਠੀਕ ਆ ਜੀ, ਠੀਕ ਆ ਜੀ। ਤੇ ਕਿਹੜੇ ਪਲੇਅਰ ਆ ਨਾਲ ਬਾਹਰੋਂ? ਨਾਲ ਇੱਕ ਮੁੰਡਾ ਪੁਲਸੀਆ ਮੱਲੀਆਂ ਦਾ। ਠੀਕ ਹੈ, ਮੈਨੂੰ ਇੰਨਾ ਪਤਾ ਨਹੀਂ। ਓਕੇ ਓਕੇ, ਕੋਈ ਨਾ ਬਾਈ। ਠੀਕ ਹੈ ਠੀਕ ਹੈ, ਤੇ ਕਲੱਬ ਵਿੱਚ ਕਿਹੜੀ ਚ ਖੇਡਣਾ? ਅਕੈਡਮੀਆਂ ਦੇ ਵਿੱਚ? ਅਕੈਡਮੀ ਆਪਣੀ ਉਹੀ ਮਹਾਰਾਜਾ ਰਣਜੀਤ ਸਿੰਘ ਜਰਮਨ। ਅੱਛਾ, ਮੇਰੇ ਪਿਆ ਮਿਊਜ਼ੀਲੈਂਡ ਦੇ ਨਾਮ ਤੇ ਜੈਦ ਜੀ ਨਾਮ ਚੇਂਜ ਕਰਤਾ। ਠੀਕ ਹੈ ਠੀਕ ਹੈ, ਤੇ ਕਾਕੇ ਸ਼ੇਖ ਦਾ ਉਸਤਾਦ ਵੱਲੋਂ ਆਪਣੇ। ਠੀਕ ਹੈ ਠੀਕ ਹੈ ਜੀ, ਧੰਨਵਾਦ ਬਾਈ। ਬਾਕੀ ਦੋਸਤੋ ਉੱਥੇ ਹੀ ਕਬੱਡੀ ਦੇ ਟੌਪ ਦੀਆਂ ਖਿਡਾਰੀਆਂ ਦੇ ਵਿੱਚੋਂ ਗਿੰਦੀ ਮਾਨ ਸਿੰਘ ਵਾਲਾ ਬਾਈ ਵੀ ਪਹੁੰਚਿਆ ਹੋਇਆ। ਗਿੰਦੀ ਬਾਈ ਕੀ ਹਾਲ ਚਾਲ? ਬਾਈ ਛੋਟੀ ਉਮਰ ਦੇ ਵਿੱਚ ਵੱਡੇ ਚਰਚੇ ਕਰਾ ਰਹੇ ਹੋ ਪੂਰੀ, ਪਿਛਲੇ ਸੀਜ਼ਨ ਚ ਵੀ ਪੂਰੀ ਗੱਲਬਾਤ ਸੀ, ਇਸ ਸੀਜ਼ਨ ਚ ਵੀ ਪੂਰੀ ਐਂਡ ਗੱਲਬਾਤ ਕਰਾਈ ਹੋਈ ਆ। ਤੇ ਅੱਜ ਕਿਹੜੀ ਟੀਮ ਚ ਖੇਡ ਰਹੇ ਹੋ? ਬੈਰੋਕੇ ਚ ਕਾਲੇ ਹੁਣਿਆਂ ਨਾਲ, ਤੇ ਨਾਲ ਬਾਹਰੋਂ ਕਿਹੜੇ ਹੋਰ ਪਲੇਅਰ ਕਿਹੜੇ ਆ? ਹੈਰੀ ਦਾਰਾਪੁਰੀਆ, ਸ਼ੇਰਾ। ਠੀਕ ਆ ਬਾਈ, ਪਹੁੰਚ ਗਿਆ ਉਹ ਬਾਈ ਵੀ? ਠੀਕ ਆ ਠੀਕ ਆ ਬਾਈ, ਤੇ ਕਰਾਉਂਗੇ ਫਿਰ ਅੱਜ ਐਂਡ ਪੂਰੀ ਲੰਡੀ ਜੀਵ ਦੇਖ ਕੇ ਆਏ ਹੋ, ਪੂਰੀ ਅੱਖ ਰੱਖੀ ਵੀ ਆ ਫਿਰ। ਹਾਂ ਠੀਕ ਆ ਠੀਕ ਆ, ਧੰਨਵਾਦ ਬਾਈ। ਬਣਾ ਦੇ ਸਿੰਧੂ ਦੀ ਵੀਡੀਓ। ਸਾਰੇ ਵੀਰਾਂ ਭਰਾਵਾਂ ਨੂੰ, ਤੁਹਾਨੂੰ ਵੀ ਪਤਾ ਕਿ ਆਪਾਂ ਪਹੁੰਚੇ ਹੋਏ ਆ ਘੋਲੀਆ ਖੁਰਦ ਦੇ ਵਿੱਚ, ਉੱਥੇ ਹੀ ਟੌਪ ਦੇ ਖਿਡਾਰੀਆਂ ਦੇ ਵਿੱਚੋਂ ਹਰਿਆਣੇ ਦਾ ਸਟਾਰ ਪਿਛਲੇ  2-3 ਸਾਲਾਂ ਤੋਂ ਪੂਰੀ ਬੱਲੇ ਬੱਲੇ ਕਰਵਾ ਕੇ ਰੱਖੀ ਹੋਈ ਆ ਦੀਪਕ ਕਾਸ਼ੀਪੁਰੀਆ, ਹਰਿਆਣੇ ਵਾਲਾ ਬਾਈ ਪਹੁੰਚਿਆ ਹੋਇਆ। ਦੀਪਕ ਬਾਈ ਕੀ ਹਾਲ ਚਾਲ? ਵਧੀਆ ਜੀ, ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਜਿਹੜੇ ਵੀ ਆਪਣੇ ਲਾਈਵ ਤੇ ਜੁੜੇ ਹੋਏ, ਤੇ ਬਾਕੀ ਵੀਰ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੜੀਆਂ ਬੜੀਆਂ ਆਪਣੀਆਂ ਵੀਡੀਓਆਂ ਦਿੰਦਾ ਕਬੱਡੀਆਂ ਦੀ, ਤੇ ਇਹਨੇ ਚੈਨਲ ਨੂੰ ਸਬਸਕ੍ਰਾਈਬ। ਦੀਪੂ ਬਾਈ ਕਿੱਦਾਂ ਸਿਹਤਾਂ? ਠੀਕ ਆ? ਵਧੀਆ ਵਧੀਆ ਪਰਮਾ। ਇਸ ਸੀਜ਼ਨ ਪੂਰੀ ਬੱਲੇ ਬੱਲੇ, ਪਿਛਲੇ ਸੀਜ਼ਨ ਚ ਵੀ ਮੇਜਰ ਲੀਗ ਚ ਗੱਲਬਾਤ ਐਂਡ ਕਰਾਈ ਸੀਗੀ, ਇਸ ਸੀਜ਼ਨ ਫਿਰ ਕਿਹੜੀ ਕਲੱਬ ਚ ਖੇਡਣਾ ਬਾਈ? ਮੈਂ ਬੇ ਪਲੈਂਟੀ ਨਿਊਜ਼ੀਲੈਂਡ ਹੀ ਖੇਡਣਾ। ਬੇ ਪਲੈਂਟੀ ਚ ਖੇਡੋਗੇ ਮੇਜਰ ਲੀਗ ਚ? ਜੀ। ਠੀਕ ਹੈ ਠੀਕ ਹੈ, ਅਕੈਡਮੀਆਂ ਚ ਬੇ ਪਲੈਂਟੀ ਚ ਖੇਡਦੇ ਹੋ? ਜੀ ਬਾਈ। ਤੇ ਅੱਜ ਘੋਲੀਏ ਦੇ ਵਿੱਚ ਪਹੁੰਚੇ ਹੋ, ਕਿਹੜੀ ਟੀਮ ਚ ਖੇਡ ਰਹੇ ਹੋ? ਮਾਨੂਕੇ ਗਿੱਲ। ਮਾਨੂਕੇ ਗਿੱਲ ਦੇ ਵਿੱਚ ਨਾਲ ਕਿਹੜੇ ਕਿਹੜੇ ਪਲੇਅਰ ਆ? ਤੇ ਯਾਦਾ ਸਰਪੰਚ। ਅੱਛਾ, ਤੇ ਯੋਧਾ। ਯੋਧਾ ਯਾਦੇ ਹੁਣੀ ਦੋਨੇ ਹੀ ਆ ਟੌਪ ਦੇ ਖਿਡਾਰੀ, ਤੇ ਰਾਜੂ ਸੁਨੇਰਾ ਵਾਲਾ ਨਾਲ ਰੇਡਰ ਆ, ਵਧੀਆ ਟੀਮ ਬਣੀ ਹੋਈ ਆ। ਤੇ ਇਸ ਸੀਜ਼ਨ ਚ ਇਨਾਮ ਕਿੰਨੇ ਕੁ ਜਿੱਤ ਚੁੱਕੇ ਹੋ? ਨਹੀਂ ਅਭੀ ਤੋ ਪਹਿਲੇ ਤੀਜਾ ਮੈਚ, ਚੌਥਾ ਮੈਚ। ਅੱਛਾ, ਬਾਹਰੋਂ ਠੀਕ ਆ, ਬਾਹਰ ਬਾਹਰ ਕਿੱਦਾਂ ਰਿਹਾ? ਵਧੀਆ ਰਿਹਾ ਮੈਚ, ਵਧੀਆ ਲੱਗੇ ਹਨਾ। ਤੇ ਕਿਹੜੀ ਕੰਟਰੀ ਕੰਟਰੀ ਕਿਹੜੀ ਜਾ ਚੁੱਕੇ ਹੋ ਹੁਣ ਤੱਕ? ਮੈਂ ਆਸਟ੍ਰੇਲੀਆ ਹੋਇਆ, ਨਿਊਜ਼ੀਲੈਂਡ, ਕੈਨੇਡਾ, ਅਮਰੀਕਾ। ਅੱਛਾ, ਸਾਰੀਆਂ ਕੰਟਰੀਆਂ ਚ ਹੀ ਸ਼ੇਅਰ ਕਰੇ ਆਏ ਹੋ, ਵਧੀਆ ਕਿਹੜੀ ਲੱਗੀ? ਵਧੀਆ ਸਾਰੀਆਂ ਹੀ। ਨਿਊਜ਼ੀਲੈਂਡ ਵਧੀਆ, ਨਿਊਜ਼ੀਲੈਂਡ ਵਧੀਆ ਲੱਗੀ, ਹਰਿਆਲੀ ਲੱਗੀ ਉਹਦੀ ਵਧੀਆ। ਠੀਕ ਹੈ ਠੀਕ ਹੈ, ਧੰਨਵਾਦ। ਬਾਕੀ ਇਹ ਸੀ ਦੋਸਤੋ ਕਬੱਡੀ ਦਾ ਟੌਪ ਦਾ ਖਿਡਾਰੀ, ਹੋਰ ਖਿਡਾਰੀਆਂ ਨਾਲ ਵੀ ਗੱਲਬਾਤ ਕਰਦੇ ਰਵਾਂਗੇ, ਸਾਡੇ ਨਾਲ ਜੁੜੇ ਰਹੋ, ਧੰਨਵਾਦ। ਸਾਰੇ ਵੀਰਾਂ ਭਰਾਵਾਂ ਨੂੰ, ਤੁਹਾਨੂੰ ਪਤਾ ਹੀ ਆ ਕਿ ਆਪਾਂ ਪਹੁੰਚੇ ਹੋਏ ਆ ਘੋਲੀਆ ਖੁਰਦ ਦੇ ਵਿੱਚ ਟੌਪ ਦੇ ਖਿਡਾਰੀਆਂ ਦੇ ਵਿੱਚੋਂ, ਘੋਲੀਆ ਖੁਰਦ ਦੇ ਵਿੱਚ ਤੁਹਾਨੂੰ ਵੀ ਪਤਾ
ਲੰਡੀਆਂ ਜੀਪਾਂ ਰੱਖੀਆਂ ਹੋਈਆਂ ਉੱਥੇ ਹੀ ਵੱਡੇ ਵੱਡੇ ਸਟਾਰਾਂ ਦੇ ਵਿੱਚੋਂ ਦੀਪ ਦਵੋਰਜੀ ਵਾਲਾ ਐਕਸ਼ਨਾਂ ਦੀ ਮਸ਼ੀਨ ਕਹੀਏ ਆਪਾਂ। ਦੀਪ ਬਾਈ ਕੀ ਹਾਲ ਚਾਲ? ਵਧੀਆ ਵਧੀਆ ਭਰਾ ਜੀ, ਸਿਹਤਾਂ ਠੀਕ ਆ ਪੂਰੀਆਂ ਭਾਈ? ਸਤਿਗੁਰ ਦੀ ਜਮਾ ਜੀ। ਤੇ ਅੱਜ ਘੋਲੀਆ ਖੁਰਦ ਦੇ ਵਿੱਚ ਪਹਿਲਾਂ ਤਾਂ ਕਾਫੀ ਦੂਰ ਤੋਂ ਚੱਲ ਕੇ ਆਏ ਹੋ, ਕਿਹੜੀ ਟੀਮ ਚ ਖੇਡ ਰਹੇ ਹੋ? ਇੰਜੀਨੀਅਰਾਂ ਚ ਖੇਡਣ ਦੇ ਵੀ ਆਪਣੇ ਭਰਾਵਾਂ ਦੀ ਟੀਮ ਆ, ਦੀਪੇ ਹੋਣਾ ਦੀ, ਜੀਤੇ ਹੋਣਾ ਦੀ ਜੀ। ਅੱਛਾ ਅੱਛਾ, ਤੇ ਨਾਲ ਕਿਹੜੇ ਆ ਬਾਹਰੋਂ? ਨਾਲ ਆਪਣੇ ਰਾਜਾ ਪੱਧਰੀ ਵਾਲਾ ਸ਼ੀਲੂ ਆ, ਬਾਹੂਗਾ ਕਰੋਰੀਆ ਤੇ ਕਾਲਾ ਪੂਰ ਕੋੜਾ ਜੀ। ਮਤਲਬ ਵਧੀਆ ਪਲੇਅਰ ਸੱਦੇ ਹੋਏ ਆ, ਵਧੀਆ ਟੀਮ ਆ। ਫਿਰ ਅੱਜ ਲੰਡੀਆਂ ਜੀਪਾਂ ਵੀ ਕਮੇਟੀ ਵਾਲਿਆਂ ਨੇ ਵੀ ਪੂਰੀਆਂ ਵਧੀਆ ਤਿਆਰ ਕੀਤੀਆਂ ਹੋਈਆਂ, ਲੱਗਦਾ ਫਿਰ ਅੱਜ ਰੱਖੀ ਹੋਈ ਆ ਅੱਖ-ਉੱਖ। ਪਰਮਾਤਮਾ ਮਿਹਰ ਕਰੇ, ਮਾਰਦੇ ਜ਼ੋਰ ਜੀ, ਜੇ ਕਰਮਾਂ ਜੋ ਹੀ ਮਿਲ ਜਾਣੀ ਜੀ, ਜ਼ੋਰ ਮਾਰਾਂਗੇ। ਠੀਕ ਆ ਬਾਈ, ਇਸ ਚੀਜ਼ਾਂ ਚ ਪੂਰੀ ਚਰਚਾ ਵਧੀਆ, ਬਾਬਾ ਏਦਾਂ ਹੀ ਹੋਰ ਤਰੱਕੀਆਂ ਬਖਸ਼ੇ। ਧੰਨਵਾਦ ਬਾਈ ਤੁਹਾਡਾ। ਠੀਕ ਆ ਭਰਾ, ਓਕੇ ਵੀਰ। ਸ਼ੀਲੂ ਹਰਿਆਣੇ ਵਾਲਾ ਸ਼ੀਲੂ ਬਾਈ। ਦੋਸਤੋ, ਇਹ ਸੀ ਘੋਲੀਆ ਖੁਰਦ ਦਾ ਵਲੌਗ। ਜੇਕਰ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਤੇ ਸ਼ੇਅਰ ਤੇ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਗਲਤੀ ਵਗੈਰਾ ਨਾਲ ਨੀਚੇ ਲਾਲ ਕਲਰ ਤੇ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰ ਦਿਓ। ਬਾਕੀ ਹੋਰ ਟੂਰਨਾਮੈਂਟਾਂ ਤੇ ਵੀ ਜਾਇਆ ਕਰਾਂਗੇ ਆਪਾਂ, ਤਾਂ ਕਰਕੇ ਜ਼ਰੂਰ ਆਪਣੇ ਚੈਨਲ ਨੂੰ ਗਲਤੀ ਗੁਲਤੀ ਨਾਲ ਜੇ ਨਹੀਂ ਕੀਤਾ ਤੁਸੀਂ ਕਰ ਦਿਓ। ਬਾਕੀ ਇੱਦਾਂ ਹੀ ਸਪੋਰਟ ਰੱਖਿਓ। ਅੱਜ ਟੌਪ ਦੇ ਖਿਡਾਰੀ ਖੇਡੇ ਸੀ ਤੇ ਬਾਕੀ ਅਸੀਂ ਮਿਲਦੇ ਹਾਂ ਨਵੀਂ ਵੀਡੀਓ 'ਚ। ਧੰਨਵਾਦ।